ਖਰੜ ਜੀ ਸਹਿਜ ਸਰੂਪ ਹਰਜੋਤ ਸਿੰਘ ਦੇ ਨਾਲ ਜੀ, ਉਹਨਾਂ ਨਾਲ ਬ੍ਰਦਰ ਜੀ ਮੈਂ ਗੱਲ ਕਰਦੇ ਹਾਂ। ਹਾਂਜੀ ਬ੍ਰਦਰ ਜੀ, ਅੱਛਾ ਜੀ, ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ ਦਾ ਫਤਿਹ। ਤੁਹਾਡਾ ਬਹੁਤ ਬਹੁਤ ਥੈਂਕਸ ਸੱਚ, ਆ ਕੇ ਆਪਾਂ ਮਾਈਟਿੰਗ ਕਰ ਰਹੇ। ਸੈਕਿੰਡ ਜੀ, ਅੱਜ ਆਪਾਂ ਕੰਗ ਸਾਹਿਬ ਲਈ ਇਕੱਠੇ ਹੋਏ ਸੀ ਸਾਰੇ। ਤੁਹਾਨੂੰ ਪਤਾ ਕੰਗ ਸਾਹਿਬ ਦਾ ਇੱਥੋਂ ਉਮੀਦਵਾਰ ਹੈ ਆਪਣੇ, ਔਰ ਬਹੁਤ ਵਧੀਆ ਕੈਂਡੀਡੇਟ ਮਿਲੇ, ਤਾਂ ਬਹੁਤ ਚੰਗੇ ਬੁਲਾ ਰਹੇ ਹਾਂ। ਤਾਂ ਉਹਨਾਂ ਦੇ ਸਪੋਰਟ ਲਈ, ਔਰ ਅੱਜ ਸੀ ਐਮ ਸਾਹਿਬ ਦਾ ਦੌਰਾ ਸੀ ਜੀ ਚਮਕੌਰ ਸਾਹਿਬ ਦਾ, ਉੱਥੇ ਉਹਨਾਂ ਦੇ ਨਾਲ ਇਕੱਠ ਕਰਕੇ ਆਪਾਂ ਉਹਨਾਂ ਨੂੰ ਸਪੋਰਟ ਲਈ ਕਿ ਉਹਨਾਂ ਦੀ ਵੱਧ ਤੋਂ ਵੱਧ ਨੀਡ ਨਾਲ ਜਿੱਤ ਹੋਏ, ਤਾਂ ਆਪਾਂ ਤੁਸੀਂ ਵੀ ਚਮਕੌਰ ਸਾਹਿਬ ਗਏ ਸੀ ਉੱਥੇ ਆਪਣਾ ਗਏ ਚਮਕੌਰ ਸਾਹਿਬ? ਹਾਂਜੀ, ਆਪਾਂ ਪ੍ਰੋਗਰਾਮ 'ਚ ਸ਼ਿਰਕਤ ਕਰਕੇ ਆਏ। ਠੀਕ ਹੈ ਜੀ, ਅਤੇ ਤੁਸੀਂ ਆਉਣ ਵਾਲੇ ਯੂਥ ਦੇ ਪ੍ਰਤੀ ਕੀ ਕਹਿਣਾ ਚਾਹੁੰਦੇ ਆ? ਐਜ਼ ਏ ਯੂਥ ਲੀਡਰ ਜੇ ਤੁਸੀਂ, ਤਾਂ ਯੂਥ ਨੂੰ ਚੰਗੀ ਤਰ੍ਹਾਂ ਮੋਟੀਵੇਟ ਕਰ ਰਹੇ ਜੇ, ਅੱਛਾ ਉਤਸ਼ਾਹਿਤ ਭਰ ਰਹੇ ਜੇ ਉਹਨਾਂ 'ਚ, ਅਤੇ ਤੁਹਾਡਾ ਕੀ ਕਹਿਣਾ ਹੈਗਾ ਯੂਥ ਦੇ ਪ੍ਰਤੀ? ਯੂਥ ਵਾਸਤੇ ਵਧੀਆ ਜੀ, ਬਸ ਯੂਥ ਨੂੰ ਡਾਇਰੈਕਸ਼ਨ ਚਾਹੀਦੀ ਹੁੰਦੀ ਹੈ, ਇੱਕ ਚੰਗੀ ਡਾਇਰੈਕਸ਼ਨ ਮਿਲੇ ਸਪੋਰਟਸ ਪ੍ਰਤੀ, ਸਭ ਚੀਜ਼ਾਂ ਪ੍ਰਤੀ। ਆਪਾਂ ਕੋਈ ਵੀ ਅਗਰ ਇਲਾਕੇ 'ਚ ਕੋਈ ਵੀ ਪ੍ਰੋਗਰਾਮ ਹੈ, ਪੁੱਛਿਆ ਤਾਂ ਉਸ 'ਚ ਯੋਗਦਾਨ ਕਰਦੇ ਹਾਂ ਕਿ ਯੂਥ ਨੂੰ ਵੱਧ ਤੋਂ ਵੱਧ ਸਪੋਰਟ ਮਿਲੇ, ਅੱਗੇ ਤੋਂ ਅੱਗੇ ਜਾਣ, ਖੇਡਾਂ ਨੂੰ ਪ੍ਰਮੋਸ਼ਨ ਹੋਏ, ਠੀਕ ਹੈ, ਨਸ਼ੇ ਤੋਂ ਦੂਰ ਰਹਿਣ, ਬਸ ਮੇਨ ਚੀਜ਼ ਹੈ। ਨਹੀਂ ਤਾਂ ਪੰਜਾਬ ਦੇ ਯੂਥ, ਤੁਹਾਨੂੰ ਪਤਾ ਹੀ ਹੈ ਜੀ, ਸਭ ਦੇ ਅੰਦਰ ਪੋਟੈਂਸ਼ੀਅਲ ਹੈ, ਪਰ ਕੋਈ ਕੁਛ ਨਹੀਂ ਕਰ ਸਕਦਾ। ਜਿਸ ਤਰ੍ਹਾਂ ਕਬੱਡੀ ਕੱਪ ਹੋ ਰਹੇ ਆ, ਸਪੋਰਟਸ ਮੈਨ ਦਾ ਕਾਫੀ ਆ, ਜਿਸ ਤਰ੍ਹਾਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹਨਾਂ ਦੇ ਪ੍ਰਤੀ ਤੁਸੀਂ ਇਹਨਾਂ ਦੀ ਆਵਾਜ਼ ਉਠਾਓ ਕਿ ਜਿਸ ਤਰ੍ਹਾਂ ਗਵਰਨਮੈਂਟ ਜੋਬਾਂ ਇਹਨਾਂ ਨੂੰ ਮਿਲਣ, ਜਿਹੜੇ ਕਾਫੀ ਸਪੋਰਟਸ ਮੈਨ ਸਾਡੇ ਬਹੁਤ ਵਧੀਆ ਹੈਗੇ ਆ, ਕਾਫੀ ਉਹਨਾਂ ਨੇ ਗੋਲਡਨ ਜਿਹੜੇ ਆ ਕਿ ਮੈਡਲ ਵੀ ਲੈ ਕੇ ਆਏ ਆ, ਸਿਲਵਰ ਗੋਲਡਨ ਵੀ ਲੈ ਕੇ ਆਏ ਆ, ਅਤੇ ਕਈਆਂ ਵਿਚਾਰਿਆਂ ਨੂੰ ਨਿਰਾਸ਼ਾ ਦਾ ਹੀ ਸਾਹਮਣਾ ਕਰਨਾ ਪੈ ਰਿਹਾ, ਇਸ ਦੇ ਪ੍ਰਤੀ ਤੁਹਾਡਾ ਕੀ ਕਹਿਣਾ? ਦੇਖੋ ਜੀ, ਅਗਰ ਆਪਾਂ ਚੰਗਾ ਕੋਈ ਖੇਡਦਾ ਤਾਂ ਗੌਰਮੈਂਟ ਦਾ ਤਾਂ ਪੂਰਾ ਸਪੋਰਟ ਹੈ ਹੀ ਆ, ਕਿਉਂਕਿ ਆਮ ਆਦਮੀ ਪਾਰਟੀ ਤੁਹਾਨੂੰ ਪਤਾ ਖੇਡ ਖੇਤਰ 'ਚ ਵੀ ਬਹੁਤ ਵਧੀਆ ਲੱਗਦਾ। ਬਾਕੀ ਇਲਾਕੇ 'ਚ ਜੋ ਵੀ ਕੁਛ ਹੁੰਦਾ, ਜਿੰਨਾ ਆਪਾਂ ਯੂਥ ਆਪਣੀ ਜਿਹੜੇ ਸਾਰੇ ਭਰਾ ਆਏ ਹਾਂ, ਆਪਾਂ ਲੋਕ ਹੈ, ਸਹਿਜ ਰੂਪ ਹੈ ਸਾਡੀ ਕੰਪਨੀ, ਜਿੰਨਾ ਸਪੋਰਟ ਕਰ ਸਕਦੀ ਆ ਆਪ ਸਾਡੇ ਵੱਲੋਂ 100% ਹੋ ਸਕਦੇ ਹੋ, ਅਗਰ ਕਿਸੇ ਦਾ ਕੋਈ ਇਸ਼ੂ ਹੋਏ ਤਾਂ ਉਹ ਵੀ ਕਹਿ ਕੇ ਜਾਊਂਗਾ। ਇਹ ਤਾਂ ਚਲੋ ਮੈਂ ਵੀ ਮੰਨਦਾ, ਬ੍ਰਦਰ ਸਹਿਜ ਗਰੁੱਪ ਜੋ ਹੈ ਕਿ ਬਹੁਤ ਹੈਲਪਫੁਲ ਹੈ, ਕਾਫੀ ਪੂਅਰ ਪੀਪਲ ਦੀ ਹੈਲਪ ਵੀ ਤੁਸੀਂ ਕਰਦੇ ਆ, ਤਾਂ ਵੈਲਫੁਲ ਵੈਲਫੇਅਰ ਉਗਾਉਣ ਲਈ ਸੋਸਾਇਟੀ ਦਾ ਤੁਸੀਂ ਵਧੀਆ ਜਿਹੜਾ ਕਿ ਸੋਸ਼ਲ ਵਰਕ ਵੀ ਕਰ ਰਹੇ ਜੇ, ਅਤੇ ਤੁਹਾਡਾ ਕੋਈ ਹੁਣ ਰੁਝਾਅ ਹੈਗਾ ਕਿ ਪੋਲੀਟੀਕਲ ਪਾਰਟੀ 'ਚ ਆਉਂਦਾ ਕਿ ਉਹਨਾਂ ਓਨਲੀ ਯੂਥ ਨੂੰ ਪ੍ਰਮੋਸ਼ਨ ਪ੍ਰਮੋਟ ਕਰ ਰਹੇ? ਆਪਾਂ ਕਿਰਪਾ ਨਾਲ ਜਿੰਨਾ ਹੋ ਸਕਦਾ ਆਪਣੇ ਲੈਵਲ 'ਤੇ ਕਰ ਰਹੇ ਹਾਂ, ਬਾਕੀ ਆਮ ਆਦਮੀ ਪਾਰਟੀ ਨੂੰ 100% ਸਪੋਰਟ ਹੈ। ਬਸ ਇਹ ਕਿ ਮੇਨ ਹੈ ਜੀ, ਦੇਖੋ ਪਾਰਟੀ ਸਪੋਰਟ ਮਿਲਦਾ, ਕਿਸੇ ਦਾ ਕੋਈ ਕੰਮ ਹੋਏ ਉਹ ਸਾਨੂੰ ਤਾਂ ਇਹੀ ਕਹਿੰਦੀ ਕਿ ਯੂਥ ਮਤਲਬ ਸਹੀ ਡਾਇਰੈਕਸ਼ਨ ਚੱਲੇ, ਔਰ ਜੋ ਕੁਛ ਵੀ ਆਪਾਂ ਕਰ ਸਕੀਏ ਐਜ਼ ਏ ਸੋਸ਼ਲ ਵਰਕ ਆਪਾਂ ਕਰ। ਤੁਸੀਂ ਆਮ ਆਦਮੀ ਪਾਰਟੀ ਤੁਹਾਡੇ ਪ੍ਰਤੀ ਜਿਸ ਤਰ੍ਹਾਂ ਤੁਸੀਂ ਇੰਨਾ ਵਧੀਆ ਵਰਕ ਕਰਦੇ ਜੇ, ਸਭ ਕੁਛ ਐਕਟੀਵਿਟੀਆਂ ਚੱਲਦੇ ਨੇ, ਯੂਥ ਤੁਹਾਡੇ ਨਾਲ ਇੰਨਾ ਇਕੱਠਾ ਹੈਗਾ ਵਾ, ਅਤੇ ਆਮ ਆਦਮੀ ਪਾਰਟੀ ਦੇ ਤੁਹਾਡੇ ਜਿਸ ਤਰ੍ਹਾਂ ਕੰਗ ਸਾਹਿਬ ਆਏ ਸੀ, ਇਹਨਾਂ ਨੇ ਤੁਹਾਡੇ ਬਾਰੇ ਪ੍ਰਤੀ ਕੀ ਹੌਂਸਲਾ ਦਿੱਤਾ ਕਿ ਯੂਥ ਨੂੰ ਲੈ ਕੇ ਅਸੀਂ ਅੱਗੇ ਕੀ ਕਰਾਂਗੇ, ਅੱਗੇ ਦੇ ਕੋਈ ਉਹਨਾਂ ਨੇ ਦੱਸਿਆ ਹੋਵੇ? ਦੇਖੋ ਜੀ, ਉਹਨਾਂ ਦੇ ਵਿਚਾਰ, ਉਹਨਾਂ ਦੀ ਸੋਚ ਆਲਰੇਡੀ ਸਾਰੇ ਦੇਖ ਰਹੇ ਹਾਂ, ਬਹੁਤ ਚੰਗੇ ਬੁਲਾ ਰਹੇ ਹਾਂ, ਉਹਨਾਂ ਨੂੰ ਇਸ਼ੂਸ ਪਤਾ ਹੈ ਕਿ ਯੂਥ ਦੇ ਕਿਆ ਹੈ, ਉਹ ਖੁਦ ਵੀ ਪੰਜਾਬ ਯੂਨੀਵਰਸਿਟੀ 'ਚ ਰਹਿ ਚੁੱਕੇ ਹਨ, ਉਹਨਾਂ ਨੂੰ ਪਤਾ ਸਟੂਡੈਂਟਸ ਦੇ ਵੀ ਕਿਆ ਹੁੰਦੇ ਆ, ਯੂਥ ਦੇ ਵੀ ਕਿਆ ਹੁੰਦੇ ਆ, ਉਹਦੇ ਉੱਪਰ ਆਲਰੇਡੀ ਉਹਨਾਂ ਦੀ ਮਤਲਬ ਉਹਨਾਂ ਦੀ ਨੌਲੇਜ 'ਚ ਸਾਰੀ ਚੀਜ਼ਾਂ, ਜੋ ਸਮੱਸਿਆ ਅੱਜ ਕੱਲ੍ਹ ਚੱਲ ਰਹੀ ਹੈ ਉਹਦਾ ਜ਼ਰੂਰ ਉਹ ਸੋਲਵ ਕਰਦੇ ਜਾ ਰਹੇ। ਪੋਲਸੀ ਤੁਹਾਡੇ ਪ੍ਰਤੀ ਕੀ ਪੋਲਸੀ ਹੋਣੀ ਚਾਹੀਦੀ? ਐਜੂਕੇਸ਼ਨ, ਜੋਬਸ, ਸਪੋਰਟਸ ਦੇ ਅੰਦਰ ਮੋਟੀਵੇਸ਼ਨ, ਬਸ ਇਹ ਕਿ ਮਤਲਬ ਨਸ਼ੇ ਤੋਂ ਦੂਰ ਰਹੇ, ਕੋਈ ਵੀ ਯੂਥ ਹੋਏ ਸਕਸੈਸਫੁਲ ਹੋ ਸਕਦਾ। ਠੀਕ ਹੈ ਜੀ, ਬਹੁਤ ਧੰਨਵਾਦ ਤੁਹਾਡਾ ਬ੍ਰਦਰ, ਜੋ ਕਿ ਤੁਸੀਂ ਸਾਡੇ ਚੈਨਲ ਦੇ ਨਾਲ ਦੁਆਰਾ ਆਏ ਜੇ, ਧੰਨਵਾਦ, ਥੈਂਕ ਯੂ ਸੋ ਮਚ।